ਸ਼ਸ਼ਿਕਾ ਲੋਕਰਨ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਜੀ ਅੱਜ ਦੇ ਵੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਮੈਂ ਗੁਰਜਿੰਦਰ ਸਿੰਘ ਵੰਗੂ ਦੋਸਤੋ ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ ਅਸੀਂ ਸਭ ਤੋਂ ਜੋ ਅਹਿਮ ਖਬਰ ਹੈ ਜੋ ਚਿੰਤਾਜਨਕ ਖਬਰ ਵੀ ਹੈ ਪਿਛਲੇ ਦਿਨੀ ਜੋ ਬਿਹਾਰ ਦੇ ਮੁੱਖ ਮੰਤਰੀ ਨੇ ਨਿਤਿਸ਼ ਕੁਮਾਰ ਉਹਨਾਂ ਤੇ ਹਮਲਾ ਹੋਇਆ ਜਾਨ ਮਸਾਂ ਬਚੀ ਹਾਲਾਂਕਿ ਕਈ ਘਟਨਾਵਾਂ ਆਪਸ ਦੇ ਵਿੱਚ ਜੁੜਦੀਆਂ ਨੇ ਅੱਗੇ ਜਾ ਕੇ ਅਸੀਂ ਉਸ ਉਹਦੇ ਤੇ ਗੱਲਬਾਤ ਵੀ ਕਰਾਂਗੇ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਬਾਈਪਾਸ ਕਰਕੇ ਜੋ ਪੰਜਾਬ ਅਧਿਕਾਰੀਆਂ ਦੇ ਨਾਲ ਦਿੱਲੀ ਚ ਮੀਟਿੰਗ ਕੀਤੀ ਗਈ ਹੈ ਉਹਦੇ ਤੇ ਸਿਆਸੀ ਪੁਚਾਲ ਖੜਾ ਹੋਇਆ ਪਿਛਲੇ ਦਿਨੀ ਸਿਆਸੀ ਪੁਚਾਲ ਤਾਂ ਕਾਂਗਰਸ ਦੇ ਵਿੱਚ ਵੀ ਸੀ ਜਦੋਂ ਦੇ ਪ੍ਰਧਾਨ ਰਾਜਾ ਵੜਿੰਗ ਲਾ ਦਿੱਤੇ ਗਏ ਕਾਂਗਰਸੀ ਕਹਿੰਦੇ ਜੋ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਖੇਮੇ ਦੇ ਨੇ ਕਹਿੰਦੇ ਸਿੱਧੂ ਹੁਣ ਚੁੱਪ ਕਰ ਗਏ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਧਰਮ ਪਤਨੀ ਨਵਜੋਤ ਕੌਰ ਸਿੱਧੂ ਉਹਨਾਂ ਦੀ ਸਿਹਤ ਵਿਗੜੀ ਹੈ ਹਸਪੀਟਲ ਨੇ ਉਹ ਇਸ ਕਰਕੇ ਅਜੇ ਮੈਂ ਸਿਆਸੀ ਸਰਗਰਮੀਆਂ ਤੋਂ ਦੂਰ ਰਹਿਣਾ ਤੇ ਇੱਕ ਖਬਰ ਇਹ ਵੀ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਮੰਡੀਆਂ ਦੇ ਵਿੱਚ ਕਣਕ ਖਰੀਦ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ ਹੁਣ ਪੰਜਾਬ ਸਰਕਾਰ ਇਸ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਕੀ ਫੈਸਲਾ ਲਾਉਗੀ ਪੰਜਾਬ ਸਰਕਾਰ ਹਾਲਾਂਕਿ ਫੈਸਲਾ ਲਗਾਤਾਰ ਫੈਸਲੇ ਵੱਲ ਵਧ ਰਹੇ ਨੇ ਕਈ ਫੈਸਲੇ ਨੇ ਬਿਜਲੀ ਦਾ ਫੈਸਲਾ ਪਿਛਲੇ ਦਿਨੀ ਵੱਡੀਆਂ ਮੁਲਾਕਾਤਾਂ ਵੀ ਭਗਵੰਤ ਮਾਨ ਨੇ ਕੀਤੀਆਂ ਸੀ ਹੁਣ ਕਣਕ ਦਾ ਜੋ ਦਾਣਾ ਮਾਝੂ ਰਹਿ ਗਿਆ ਉਹਨੂੰ ਲੈ ਕੇ ਕਿਸਾਨੀ ਤੇ ਇੱਕ ਹੋਰ ਸੰਕਟ ਖੜਾ ਹੋ ਗਿਆ ਜੋ ਖਰੀਦ ਨਹੀਂ ਹੋ ਰਹੀ ਕਣਕ ਦੀ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਡਾਕਟਰ ਭਵੀਂਦਰ ਸਿੰਘ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇੱਕ ਖਬਰ ਆਪਾਂ ਇਹ ਵੀ ਲੈ ਲੈਣੀਆਂ ਜੇਕਰ ਆਪਾਂ ਨੈਸ਼ਨਲ ਪੋਲਿਟਿਕਸ ਦੀ ਗੱਲ ਕਰਦੇ ਹਾਂ ਕਿ ਨੀਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨੇ ਪਿਛਲੇ ਦਿਨੀ ਭਾਜਪਾ ਦੇ ਨਾਲ ਉਹਨਾਂ ਦੀਆਂ ਨਾਰਾਜ਼ਗੀਆਂ ਵੀ ਸਾਹਮਣੇ ਆਈਆਂ ਹਾਲਾਂਕਿ ਇਸ ਗੱਲ ਦਾ ਆਪਸੇ ਵਿੱਚ ਕੋਈ ਜੋੜ ਮੇਲ ਨਹੀਂ ਹੈਗਾ ਪਰ ਅਸੀਂ ਗੱਲ ਕਰ ਲੈਂਦੇ ਹਾਂ ਉਸ ਤੋਂ ਬਾਅਦ ਲਾਲੂ ਦੇ ਲਾਲ ਉਹ ਸੋਨੇਖਾ ਦਿੱਤਾ ਟਵਿੱਟਰ ਹੈਂਡਲ ਦੇ ਉੱਤੇ ਉਹ ਕਹਿੰਦੇ ਕਿ ਨਿਤਿਸ਼ ਕੁਮਾਰ ਨੂੰ ਅਸੀਂ ਸੱਦਾ ਦੰਦੇ ਆ ਕਿ ਸਾਡੇ ਨਾਲ ਆ ਕੇ ਮਹਾਗਠ ਜੋੜ ਦੇ ਵਿੱਚ ਸ਼ਾਮਲ ਹੋ ਜਾਣਾ ਉਸ ਤੋਂ ਬਾਅਦ ਨਾਲੰਦਾ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਉਹਨਾਂ ਦੇ ਉੱਤੇ ਇੱਕ ਹਮਲਾ ਵੀ ਹੁੰਦਾ ਹਾਲਾਂਕਿ ਵਿਚਾਰ ਆ ਜਾਂਦਾ ਉਹਨਾਂ ਦਾ ਜੋ ਇਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੇ ਇਹਨਾਂ ਘਟਨਾਵਾਂ ਨੂੰ ਕਿਸ ਸੰਦਰਭ ਦੇ ਵਿੱਚ ਲੈ ਸਕਦੇ ਹਾਂ ਪੰਗੂ ਸਾਹਿਬ ਦੇਖੋ ਜਦੋਂ ਅਸੀਂ ਬਿਹਾਰ ਦੀ ਰਾਜਨੀਤੀ ਦੇ ਉੱਤੇ ਨਜ਼ਰ ਮਾਰਦੇ ਆ ਤਾਂ ਬਿਹਾਰ ਇੱਕ ਐਸਾ ਸੂਬਾ ਹੈ ਜਿੱਥੇ ਜਿਵੇਂ ਤੁਸੀਂ ਲਾਲੂ ਪ੍ਰਸ਼ਾਦ ਯਾਦਵ ਜੀ ਦਾ ਨਾਮ ਲਿਆ ਹੈ ਉਹਨਾਂ ਦਾ ਵੀ ਬੜਾ ਲੰਮਾ ਸਮਾਂ ਜਿਹੜਾ ਹੈਗਾ ਸੱਤਾ ਰਹੀ ਔਰ ਪਿਛਲੇ ਵਾਰੀ ਵੀ ਉਹ ਸੱਤਾ ਹਾਸਲ ਕਰਦੇ ਕਰਦੇ ਰਹਿ ਗਏ ਸੀਗੇ ਉਹਨਾਂ ਦੇ ਸੁਪੁੱਤਰ ਖਾਸ ਜ਼ੋਰ ਤੇ ਔਰ ਜਦੋਂ ਅਸੀਂ ਨਤੀਸ਼ ਕੁਮਾਰ ਜੀ ਦੀ ਗੱਲ ਕਰਦੇ ਆ ਤਾਂ ਜਦੋਂ ਤੋਂ ਇਹਨਾਂ ਦਾ ਭਾਜਪਾ ਦੇ ਨਾਲ ਗੱਠ ਜੋੜ ਹੋਇਆ ਔਰ ਉਹ ਲਗਾਤਾਰ ਗੱਠ ਜੋੜ ਕਦੇ ਟੁੱਟਣ ਦੀ ਕੋਸ਼ਿਸ਼ ਕਰਦਾ ਹੈ ਔਰ ਕਦੇ ਜੁੜਨ ਦੀ ਕੋਸ਼ਿਸ਼ ਕਰਦਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਦਿੱਕਤਾਂ ਗੱਠ ਜੋੜ ਦੇ ਵਿੱਚ ਆ ਰਹੀਆਂ ਨੇ ਸੋ ਇਸ ਕਰਕੇ ਨਤੀਸ਼ ਕੁਮਾਰ ਦੀ ਨਾਰਾਜ਼ਗੀ ਕਈ ਪੱਖਾਂ ਤੋਂ ਕਈ ਪਾਰਟੀਆਂ ਨਾਲ ਚੱਲ ਰਹੀ ਹੈ ਔਰ ਵਿਸ਼ੇਸ਼ ਤੌਰ ਤੇ ਬੀਜੇਪੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਗੱਠ ਜੋੜ ਜਿਹੜਾ ਹੈਗਾ ਟੁੱਟਣ ਦੇ ਕਿਨਾਰੇ ਆਉਂਦਾ ਹੈ ਤਾਂ ਇਹ ਇਹਦੇ ਵਿੱਚ ਨਿਰਾਸ਼ਾ ਵੀ ਆਉਂਦੀ ਹੈ ਔਰ ਉਸ ਦੇ ਵਿੱਚੋਂ ਕਈ ਵਾਰੀ ਉਹ ਇੱਕ ਦੂਜੇ ਦੇ ਉੱਤੇ ਹਮਲਾ ਜਿਹੜਾ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਔਰ ਖਬਰਾਂ ਵੀ ਆਈਆਂ ਨੇ ਚੰਗੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਵਿਚਾਰ ਰਹਿ ਗਿਆ ਔਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਜਿਹੜੀ ਇੰਡੀਅਨ ਡੈਮੋਕ੍ਰੇਸੀ ਹੈ ਭਾਰਤੀ ਲੋਕਤੰਤਰ ਹੈ ਉਹਦੇ ਲਈ ਦੁਖਦਾਇਕ ਨੇ ਔਰ ਇਦਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਖਾਸ ਤੌਰ ਤੇ ਜਦੋਂ ਬਿਹਾਰ ਵਰਗਾ ਸੀ ਸੂਬਾ ਦੇਖਦੇ ਆ ਜਿੱਥੇ ਕਿ ਇਦਾਂ ਦੀਆਂ ਗੱਲਾਂ ਮਸ਼ਹੂਰ ਸੀਗੀ ਆ ਕਿ ਉੱਥੇ ਬੂਥ ਕੈਪਚਰਿੰਗ ਹੁੰਦੀ ਹੈ ਜਾਂ ਇਦਾਂ ਦੀਆਂ ਜਦੋਂ ਲੜਾਈਆਂ ਖਾਸ ਤੌਰ ਤੇ ਚੋਣਾਂ ਦੇ ਦੌਰਾਨ ਅਕਸਰ ਹੋ ਜਾਂਦੀਆਂ ਨੇ ਔਰ ਜਾਂ ਹੁੰਦੀਆਂ ਰਹੀਆਂ ਨੇ ਸੋ ਇਸ ਕਰਕੇ ਇਡਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਔਰ ਇੰਡੀਅਨ ਡੈਮੋਕਰੇਸੀ ਨੂੰ ਡਿਵੈਲਪ ਹੋਣ ਦੀ ਲੋੜ ਹੈ ਔਰ ਜਿਹੜੇ ਵੀ ਲੋਕ ਵਿਚਾਰਾਂ ਦੀ ਲੜਾਈ ਲੜ ਰਹੇ ਆ ਜਾਂ ਰਾਜਨੀਤਿਕ ਲੜਾਈ ਲੜ ਰਹੇ ਆ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਸਪੇਸ ਦੇਣੀ ਚਾਹੀਦੀ ਹੈ ਸੌਂਡਾ ਚਾਹੀਦਾ ਇੱਕ ਦੂਜੇ ਨੂੰ ਔਰ ਉਹਦੇ ਵਿੱਚੋ ਜਿਹੜਾ ਹੈਗਾ ਡੈਮੋਕ੍ਰੇਸੀ ਡਿਵੈਲਪ ਹੋਣੀ ਚਾਹੀਦੀ ਹੈ ਨਾ ਕਿ ਜਿਹੜੇ ਨੇ ਕਾਨੂੰਨ ਆਪਣੇ ਹੱਥ ਚ ਲੈ ਕੇ ਇਹ ਕਾਨੂੰਨ ਆਪਣੇ ਹੱਥ ਚ ਲੈਣਾ ਜਿਹੜਾ ਹੈਗਾ ਚਾਹੇ ਕੋਈ ਵੀ ਪਾਰਟੀ ਆ ਦੇ ਪਿੱਛੇ ਚਾਹੇ ਉਹ ਬੀਜੇਪੀ ਵੀ ਹੋ ਸਕਦੀ ਆ ਚਾਹੇ ਦੂਜੀਆਂ ਪਾਰਟੀਆਂ ਆ ਆਰ ਜੀਡੀ ਜਾਂ ਜੋ ਵੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਇਦਾਂ ਦੇ ਕੰਮ ਜਿਹੜੇ ਨੇ ਉਹ ਨਹੀਂ ਕਰਨੇ ਚਾਹੀਦੇ ਇਹ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਇੰਡੀਅਨ ਡੈਮੋਕ੍ਰੇਸੀ ਦੇ ਉੱਤੇ ਬੜਾ ਵੱਡਾ ਕਪਾ ਕਹਿ ਸਕਦੇ ਆ ਖਤਰਾ ਜਿਹੜਾ ਹੈਗਾ ਦਿਖਾਈ ਦੇ ਰਿਹਾ ਇਸ ਵੇਲੇ ਹਾਲਾਂਕਿ ਪੁਲਿਸ ਜਾਂਚ ਕਰੂਗੀ ਉਹ ਤੇ ਚ ਨਿਕਲ ਕੇ ਆਊਗਾ ਕਿ ਇਹਦੇ ਪਿੱਛੇ ਮਨਸ਼ਾ ਕੀ ਸੀ ਤੇ ਹੱਥ ਕੀ ਦਾ ਸੀ ਜੇਕਰ ਹੁਣ ਆਪਾਂ ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੈ ਤੇ ਡਾਕਟਰ ਸਾਹਿਬ ਲੋਕਾਂ ਨੂੰ ਇੱਕਦਮ ਕਾਫੀ ਉਮੀਦਾਂ ਸੀ ਸਰਕਾਰ ਤੋਂ ਇੱਕਦਮ ਕੋਈ ਕਦਮ ਉਸ ਲੈਵਲ ਤੇ ਨਹੀਂ ਚੁੱਕਿਆ ਗਿਆ ਹਾਲਾਂਕਿ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ ਜਿਵੇਂ ਕਟਰਾਬਤ ਕਈ ਜੁੜਦੀਆਂ ਨੇ ਰਾਜ ਸਭਾ ਮੈਂਬਰ ਤੋਂ ਲੈ ਕੇ ਅੱਜ ਤੱਕ ਪਰ ਜੋ ਇੱਕ ਪਿਛਲੇ ਦਿਨੀ ਘਟਨਾ ਵਾਪਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਦਿੱਲੀ ਚ ਮੀਟਿੰਗ ਕੀਤੀ ਉਹਦੇ ਤੇ ਸਿਆਸੀ ਪੁਚਾਲ ਜ਼ਰੂਰ ਖੜਾ ਹੋ ਗਿਆ ਦੇਖੋ ਜਿਵੇਂ ਹੁਣ ਬਣਿਆ ਜੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਤਾਂ ਕੋਈ ਨਾ ਕੋਈ ਦੇਖੋ ਪੁਚਾਲ ਲਿਓਣਾ ਹੀ ਹੁੰਦਾ ਕੋਈ ਨਾ ਕੋਈ ਸਵਾਲ ਉਠਾਉਣੇ ਹੁੰਦੇ ਨੇ ਇਹ ਰਾਜਨੀਤੀ ਇਦਾਂ ਹੀ ਚੱਲਦੀ ਰਹਿੰਦੀ ਹੈ ਔਰ ਜਿੱਥੋਂ ਤੱਕ ਕੇਜਰੀਵਾਲ ਦੀਆਂ ਜੜੀਆਂ ਮੀਟਿੰਗਾਂ ਦਾ ਸਬੰਧ ਹੈ ਮੈਨੂੰ ਨਹੀਂ ਲੱਗਦਾ ਕਿ ਜੜੀਆਂ ਖਾਸ ਤੌਰ ਤੇ ਭਗਵੰਤ ਮਾਨ ਹੋਰਾਂ ਦੀ ਜੜੀ ਹੈਗੀ ਆ ਉਹਨਾਂ ਦੀ ਅਗਵਾਈ ਤੋਂ ਬਿਨਾ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਤੋਂ ਬਿਨਾ ਜਾਂ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਇਦਾਂ ਦੀਆਂ ਮੀਟਿੰਗਾਂ ਕਰਨੀਆਂ ਨਹੀਂ ਚਾਹੀਦੀਆਂ ਔਰ ਜਿਵੇਂ ਆਵਾਦੀ ਪਾਰਟੀ ਨੇ ਪਹਿਲਾਂ ਆਪਣੇ ਕੰਮ ਕਰਕੇ ਦਿਖਾਏ ਨੇ ਔਰ ਖਾਸ ਤੌਰ ਤੇ ਪਿਛਲੇ ਜਿਹੜੇ 20 ਦਿਨਾਂ ਦੇ ਵੀ 25 ਦਿਨਾਂ ਦੇ ਕੰਮ ਨੇ ਆਪਣਾ ਭਗਵੰਤ ਮਾਨ ਹੋਰਾਂ ਦੇ ਤਾਂ ਉਹ ਇਹੀ ਦਰਸਾਉਂਦੇ ਨੇ ਕਿ ਭਗਵੰਤ ਮਾਨ ਜੀ ਲਗਾਤਾਰ ਲੋਕਾਂ ਦੇ ਨਾਲ ਜੁੜ ਕੇ ਪੰਜਾਬ ਦੇ ਵਿੱਚ ਜੋ ਉਹਨਾਂ ਨੇ ਐਲਾਨ ਕੀਤੇ ਨੇ ਖਾਸ ਤੌਰ ਤੇ ਚਾਹੇ ਉਹ ਸਟੂਡੈਂਟਸ ਨੂੰ ਜਿਹੜੇ ਸਕੂਲਾਂ ਨੂੰ ਲੈ ਕੇ ਕੀਤੇ ਹੋਣ ਉਹਨਾਂ ਦੀਆਂ ਵਰਦੀਆਂ ਨੂੰ ਲੈ ਕੇ ਕੀਤੇ ਹੋਣ ਜਾਂ ਜਿਹੜੀ ਹੈਗੀ ਹੈ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕਰਨ ਦੀਆਂ ਗੱਲਾਂ ਕੀਤੀਆਂ ਹੋਣ ਜਾਂ ਇਸੇ ਤਰ੍ਹਾਂ ਹੋਰ ਜਿਹੜਾ ਰਿਸ਼ਵਤਖੋਰੀ ਨੂੰ ਭ੍ਰਿਸ਼ਟਾਚਾਰੀ ਨੂੰ ਲੈ ਕੇ ਆਪਣੇ ਨੰਬਰ ਜਿਹੜੇ ਨੇ ਉਹਨਾਂ ਨੇ ਇਸ਼ੂ ਕੀਤੇ ਹੋਣ ਜਾਂ ਇਦਾਂ ਦੇ ਬਹੁਤ ਸਾਰੇ ਜਿਹੜੇ ਹੋਰ ਵੱਡੇ ਐਲਾਨ ਹੋਏ ਨੇ ਉੱਥੋਂ ਇਹੀ ਸਪਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਚਾਹੁੰਦੇ ਨੇ ਕਿ ਅਸੀਂ ਜੋ ਵਾਦੇ ਲੋਕਾਂ ਦੇ ਨਾਲ ਕੀਤੇ ਨੇ ਜੋ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਨੇ ਚਾਹੇ ਬਿਜਲੀ ਦੀ ਗਰੰਟੀ ਹੈ ਚਾਹੇ ਉਹ এডਿਕੇਸ਼ਨ ਜਾਂ ਹੈਲਥ ਨਾਲ ਸੰਬੰਧਿਤ ਗਰੰਟੀਆਂ ਨੇ ਜਾਂ ਹੋਰ ਜਿਹੜੀਆਂ ਗਰੰਟੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਉਂ-ਜਿਉਂ ਚਾਹੇ ਉਹ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਚਾਹੇ ਉਹ ਗੁਜਰਾਤ ਦੇ ਵਿੱਚ ਚੋਣਾਂ ਨੇੜੇ ਆ ਰਹੀਆਂ ਨੇ ਉਤੇ ਉਹ ਜਿਹੜਾ ਹੈਗਾ ਇਹ ਪੰਜਾਬ ਦਾ ਮਾਡਲ ਜਿਹੜਾ ਹੈਗਾ ਲਾਗੂ ਹੋਏਗਾ ਔਰ ਉਮੀਦ ਕਰਨੀ ਬਣਦੀ ਹੈ ਭਗਵੰਤ ਮਾਨ ਤੋਂ ਕਿ ਜਿਹੜੇ ਵੱਡੇ ਵਾਅਦੇ ਉਹ ਕਰਕੇ ਆਏ ਨੇ ਸੱਤਾ ਦੇ ਵਿੱਚ ਔਰ ਲੋਕਾਂ ਦੇ ਜਿਹੜੇ ਨੇ ਉਹਨਾਂ ਦੇ ਉੱਤੇ ਬੜਾ ਵੱਡਾ ਭਰੋਸਾ ਜਤਾਇਆ ਹੈ ਉਹ ਭਰੋਸਾ ਜ਼ਰੂਰ ਤੁਹਾਨੂੰ ਹੱਲ ਹੁੰਦਾ ਨਜ਼ਰ ਆ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬੰਗੂ ਸਾਹਿਬ ਜੀ ਡਾਕਟਰ ਸਾਹਿਬ ਜੀ ਨੇ ਸੇਮ ਪੰਜਾਬ ਵੱਲੋਂ ਪਿਛਲੇ ਦਿਨੀ ਵੱਡੇ ਵੱਡੇ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਬਿਜਲੀ ਦੇ ਜੋ ਬਿਲਾਾਂ ਦੀ ਗੱਲ ਕਰਦੇ ਸੀ ਗਰੰਟੀਆਂ ਦੀ ਗੱਲ ਕਰਦੇ ਸੀ ਅਰਵਿੰਦ ਕੇਜਰੀ ਵੱਲ ਕਿਹਾ ਜਾ ਰਿਹਾ ਕਿ ਥੋੜੀ ਜੀ ਪੇਚੀਦਗੀਆਂ ਨੇ ਸਮੇਂ ਦੇ ਨਾਲ ਅਸੀਂ ਉਹ ਮਾਮਲੇ ਸਾਰੇ ਦੂਰ ਕਰ ਲਾਂਗੇ ਪਰ ਜੋ ਪੰਜਾਬ ਦੇ ਹੁਣ ਹਾਲਾਤ ਬਣਦੇ ਜਾ ਰਹੇ ਨੇ ਜੋ ਇੱਕ ਤੋਂ ਇੱਕ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਨੂੰ ਮੁਸ਼ਕਲਤ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਹੁਣ ਕਣਕ ਦੀ ਆਪਾਂ ਗੱਲ ਕਰਦੇ ਹਾਂ ਕਣਕ ਦੀ ਵੱਡੀ ਦਾ ਸੀਜ਼ਨ ਹੈ ਮੰਡੀਆਂ ਦੇ ਉਧਰ ਹੀ ਏਜੰਸੀਆਂ ਵੱਲੋਂ ਹੱਕ ਕਹਤਾ ਗਿਆ ਕਿ ਦਾਣਾ ਦਾ ਮਜੂਰ ਰਹਿ ਗਿਆ ਖਰੀਦ ਦੇ ਵਿੱਚ ਅੜਿੱਕੇ ਜੜ ਗਏ ਕਿਸਾਨ ਕਿੱਥੇ ਜਾਣ ਪੰਜਾਬ ਸਰਕਾਰ ਦੇ ਵਿੱਚ ਕੀ ਫੈਸਲਾ ਲੈ ਸਕਦੀ ਹੈ ਕਿਵੇਂ ਇਸ ਫੈਸਲੇ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਕਿ ਕਿਸੇ ਕਿ ਕਿਸਾਨੀ ਨੂੰ ਇਹਨਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਕੇਂਦਰ ਸਰਕਾਰ ਜਿਹੜੀ ਹੈਗੀ ਆਪਣੀਆਂ ਏਜੰਸੀਆਂ ਦੇ ਰਾਹੀਂ ਲਗਾਤਾਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਜਾਂ ਤਾਂ ਫਸਲ ਦੇ ਵਿੱਚ ਜਾਂ ਜਿਹੜੇ ਵੀ ਮੁਆਵਜ਼ੇ ਮਿਲਦੇ ਆ ਜਾਂ ਹੋਰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕੇਂਦਰ ਦੇ ਰਾਹੀਂ ਉਹਨਾਂ ਦੇ ਉੱਤੇ ਕਟ ਲਾਏ ਜਾਣ ਉਹਨਾਂ ਨੂੰ ਬੰਦ ਕੀਤਾ ਜਾਏ ਸੋ ਇਸ ਕਰਕੇ ਉਸੇ ਫੈਸਲੇ ਦੇ ਦਾ ਜਿਹੜਾ ਤਾਜ਼ਾ ਫੈਸਲਾ ਹੈ ਇਹ ਕਹਿ ਦੇਣਾ ਕਿਸਾਨਾਂ ਨੂੰ ਕਿ ਦਾਣਾ ਬڑا ਛੋਟਾ ਹੈ ਜੀ ਇਸ ਕਰਕੇ ਅਸੀਂ ਜਿਹੜਾ ਹੈਗਾ ਕਿਸਾਨਾਂ ਦੀ ਫਸਲ ਖਾਸ ਤੌਰ ਤੇ ਕਣਕ ਜਿਹੜੀ ਹੈਗੇ ਨਹੀਂ ਚੁੱਕਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਇੱਕ ਮਾੜੀ ਕਟਣਾ ਹੈ ਮਾੜੀ ਗੱਲ ਹੈ ਮਾੜੀ ਸੋਚ ਹੈ ਕੇਂਦਰ ਦੀ ਔਰ ਕੇਂਦਰ ਨੂੰ ਜਿਹੜਾ ਹੈਗਾ ਖੁੱਲ ਕੇ ਪੰਜਾਬ ਦੇ ਲੋਕਾਂ ਦਾ ਜਿਵੇਂ ਉਹ ਫੈਡਰਲਿਜ਼ਮ ਹੈ ਸਾਡਾ ਫੈਡਰਲ ਢਾਂਚਾ ਹੈ ਉਹਨੂੰ ਬਰਕਰਾਰ ਰੱਖਦੇ ਹੋਏ ਜੋ ਇਸ ਵळे ਪੰਜਾਬ ਦੇ ਕਿਸਾਨਾਂ ਦੀਆਂ ਲੋੜਾਂ ਨੇ ਉਹਦੀ ਡਿਊਟੀ ਹੈ ਕਿ ਉਹ ਐਫਸੀਆਈ ਦੇ ਰਾਹੀਂ ਜਾਂ ਹੋਰ ਜੇ ਏਜੰਸੀਆਂ ਦੇ ਰਾਹੀਂ ਕਿਸਾਨਾਂ ਦੀ ਫਸਲ ਚੱਕੇ ਤਾਂ ਕਿ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਮਿਲ ਸਕੇ ਔਰ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਫੈਡਰਲ ਟਾਂਚੇ ਨੂੰ ਜਾਰੀ ਰੱਖਦੇ ਹੋਏ ਖੇਤੀਬਾੜੀ ਨੂੰ ਜੇ ਆਪਾਂ ਡਿਵੈਲਪ ਕਰਨਾ ਹੈ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦਾ ਅਸੀਂ 22 ਦੇ ਵਿੱਚ ਆਮਦਨ ਦੁੱਗਣੀ ਕਰਨੀ ਸੀਗੀ ਇਹ ਏਜੰਡਾ ਸੀਗਾ ਕੇਂਦਰ ਸਰਕਾਰ ਦਾ ਤਾਂ ਇਸ ਨੂੰ ਜੇ ਕਰੋਨਾ ਨੇ ਸਹੀ ਮਾਇਨੇ ਦੇ ਵਿੱਚ ਲਾਗੂ ਕਰਨਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ ਉਹਨਾਂ ਦੀ ਫਸਲ ਜਿਹੜੀ ਹੈਗੀ ਉਹ ਚੁੱਕ ਲੈਣੀ ਚਾਹੀਦੀ ਹੈ ਬਹਾਨੇਬਾਜ਼ੀ ਨਹੀਂ ਕਰਨੀ ਚਾਹੀਦੀ ਪੰਘੂ ਸਾਹਿਬ ਜੀ ਡਾਕਟਰ ਸਾਹਿਬ ਜਿਵੇਂ ਹੁਣ ਕੇਂਦਰ ਸਰਕਾਰ ਦੇ ਨਾਲ ਇੱਕ ਡਿਸਪਿਊਟ ਸੀ ਆ ਆਰਡੀਐਫ ਦੇ ਪੈਸੇ ਦਾ 1100 ਕਰੋੜ ਦਾ ਹਾਲਾਂਕਿ ਕਾਂਗਰਸ ਸਰਕਾਰ ਦੇ ਵੇਲੇ ਇਹ 1200 ਕਰੋੜ ਦਾ ਸੀ ਕੇਂਦਰ ਇਹ ਇਲਜ਼ਾਮ ਲਾਉਂਦਾ ਰਿਹਾ ਪੰਜਾਬ ਤੇ ਕਿ ਜੋ ਆਰਡੀਐਫ ਦਾ ਫੰਡ ਹੁੰਦਾ ਉਹਦਾ ਕੋਈ ਹਿਸਾਬ ਕਿਤਾਬ ਤਾਂ ਪੰਜਾਬ ਸਰਕਾਰ ਦਿੰਦੀ ਨਹੀਂ ਹੈਗੀ ਨਜਾਇਜ਼ ਉਹ ਪੈਸਾ ਵਰਤਿਆ ਜਾਂਦਾ ਇਸ ਕਰਕੇ ਕੇਂਦਰ ਦੇ ਵਿੱਚ ਬੈਠੀ ਹਕੂਮਤ ਆਰਡੀਐਫ ਦਾ ਉਹ ਪੈਸਾ ਰੋਕ ਲੈਂਦੀ ਹੈ ਹੁਣ 1100 ਕਰੋੜ ਰੋਕਿਆ ਗਿਆ ਸੀ ਇਹਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੀ ਉਪਰਾਲਾ ਕੀਤਾ ਗਿਆ ਕੈਬਨਟ ਦੀ ਮੀਟਿੰਗ ਸੀ ਦੇਖੋ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਹੈ ਕਿ ਪਹਿਲਾਂ ਵੀ ਖਾਸ ਤੌਰ ਤੇ ਚੀਮਾ ਸਾਹਿਬ ਇਹਦੇ ਬਾਰੇ ਸਪਸ਼ਟੀਕਰਨ ਦੇ ਚੁੱਕੇ ਨੇ ਕਿ ਜਿੰਨੀ ਦੇਰ ਕਾਂਗਰਸ ਜਾਂ ਅਕਾਲੀ ਦਲ ਬੀਜੇਪੀ ਦੀਆਂ ਸਰਕਾਰਾਂ ਰਹੀਆਂ ਨੇ ਪਿਛਲੇ 15-20 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਉਹਨਾਂ ਨੇ ਇਹ ਫੈਸ ਇਹ ਜਿਹੜਾ ਪੈਸਾ ਹੈ ਇਹਨੂੰ ਪ੍ਰੋਪਰ ਜਿਹੜਾ ਹੈਗਾ ਯੂਟਿਲਾਈਜ਼ ਨਹੀਂ ਕੀਤਾ ਇਹਨੂੰ ਕਿਤੇ ਨਾ ਕਿਤੇ ਹੋਰ ਖਾਨਿਆਂ ਚ ਪਾ ਕੇ ਯਾਨੀ ਕਿ ਕਿਸੇ ਹੋਰ ਪਾਸੇ ਲਾ ਕੇ ਇਹਦੀ ਦੁਰਵਰਤੋਂ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਕਰਕੇ ਉਸ ਨੂੰ ਜੇਕਰ ਠੀਕ ਕਰ ਲਿਆ ਜਾਵੇ ਜਿਵੇਂ ਕੇਂਦਰ ਸਰਕਾਰ ਦੀਆਂ ਸ਼ਰਤਾਂ ਨੇ ਤਾਂ ਉਹਨਾਂ ਸ਼ਰਤਾਂ ਦੇ ਮੁਤਾਬਕ ਜੇਕਰ ਪੰਜਾਬ ਸਰਕਾਰ ਕੰਮ ਕਰੇਗੀ ਔਰ ਇਸ ਪੈਸੇ ਨੂੰ ਸਹੀ ਉਥੇ ਹੀ ਵਰਤੇਗੀ ਜਿਸ ਕੰਮ ਲਈ ਇਹ ਭੇਜਿਆ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਮਸਲਾ ਹੱਲ ਹੋ ਜਾਏਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖਾਸ ਤੌਰ ਤੇ ਚੀਮਾ ਸਾਹਿਬ ਨੇ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੇ ਇਹ ਇਸ ਗੱਲ ਦਾ ਸਪਸ਼ਟੀਕਰਨ ਆਲਰੇਡੀ ਦੇ ਚੁੱਕੇ ਨੇ ਉਹ ਡਾਕਟਰ ਸਾਹਿਬ ਜਿਵੇਂ ਇਕਦਮ ਲੋਕਾਂ ਦਾ ਜਿਵੇਂ ਮੈਂ ਸ਼ੁਰੂ ਚ ਵੀ ਜ਼ਿਕਰ ਕੀਤਾ ਸੀ ਕਿ ਲੋਕਾਂ ਨੂੰ ਆਸ ਬੜੀ ਵੱਡੀ ਸੀ ਆਮ ਆਦਮੀ ਪਾਰਟੀ ਤੋਂ ਹਾਲਾਂਕਿ ਭਗਵੰਤ ਮਾਨ ਹੋ ਰਹੀ ਇਹ ਗੱਲ ਕਹਿੰਦੇ ਨੇ ਕਿ 6 ਮਹੀਨੇ ਦਾ ਘਟੋ-ਘਟਾ ਸਮਾਂ ਦੋ ਸਾਨੂੰ ਕੰਮ ਕਰਨ ਦੇ ਲਈ ਦੂਜੇ ਪਾਸੇ ਇਹ ਸਵਾਲ ਵੀ ਖੜੇ ਕਰਦੇ ਨੇ ਲੋਕ ਕਿ ਜੇਕਰ ਤੁਸੀਂ ਅਰਾਸਵਾ ਮੈਂਬਰ ਚੁਣਨੇ ਸੀ ਉਹ ਤੁਸੀਂ ਇਕਦਮ ਫੈਸਲਾ ਲੈ ਲਿਆ ਤਾਂ ਹੋਰ ਵੱਡੇ ਫੈਸਲੇ ਪਰ ਤੁਸੀਂ ਕਿਉਂ ਨਹੀਂ ਲੈਂਦੇ ਹੈਗੇ 6 ਮਹੀਨੇ ਦਾ ਸਮਾਂ ਕਾਦੇ ਲੀਜੋ ਤੁਹਾਡੇ ਹੱਥ ਚ ਹੈ ਘੱਟੋ ਘੱਟ ਉਹ ਗੱਲ ਤੁਸੀਂ ਇੰਪਲੀਮੈਂਟ ਕਰੋ ਪੰਗੂ ਸਾਹਿਬ ਦੇਖੋ ਜਦੋਂ ਵੀ ਕੋਈ ਨਵੀਂ ਸੱਤਾ ਸਥਾਪਿਤ ਹੁੰਦੀ ਹੈ ਤਾਂ ਉਹਦੇ ਵਿੱਚ ਜਿਵੇਂ ਆਪਾਂ ਮੰਨ ਲਓ ਕੋਈ ਨਵਾਂ ਘਰ ਪਾਉਣਾ ਹੈ ਤਾਂ ਪਹਿਲਾਂ ਉਹਦਾ ਆਪਾਂ ਮੈਪ ਬਣਾਉਣਿਆ ਨਕਸ਼ਾ ਤਿਆਰ ਕਰਦੇ ਆਂ ਫਿਰ ਹੌਲੀ ਹੌਲੀ ਸਮਾਨ ਸਟਾਉਣਿਆ ਫਿਰ ਕਿਤੇ ਜਾ ਕੇ ਬਣਦਾ ਸੋ ਕਹਿਣ ਦਾ ਮੇਰਾ ਮਤਲਬ ਇਹੀ ਹੈ ਕਿ ਹਜੇ ਆਮ ਆਦਮੀ ਪਾਰਟੀ ਕਿਉਂਕਿ ਪਹਿਲੀ ਵਾਰੀ ਸੱਤਾ ਚਾਈ ਹੈ ਔਰ ਇਹਨਾਂ ਕੋਲੇ ਤਜਰਬਾ ਜਿਹੜਾ ਹੈਗਾ ਹੈ ਅਜੇ ਪਹਿਲੀ ਵਾਰੀ ਤਜਰਬਾ ਉਸ ਕਿਸਮ ਦਾ ਨਹੀਂ ਹੈ ਜਿਸ ਕਿਸਮ ਦਾ ਆਪਾਂ ਸਾਰੇ ਜਾਣਦੇ ਆ ਕਿ ਉਹ ਤਜਰਬਾ ਨਾ ਤਾਂ ਹੋਣਾ ਵੀ ਨਹੀਂ ਚਾਹੀਦਾ ਜਿਵੇਂ ਕਾਂਗਰਸ ਦਾ ਰਿਹਾ ਹੈ ਜਾਂ ਅਕਾਲੀ ਦਲ ਭਾਜਪਾ ਦਾ ਰਿਹਾ ਹੈ ਇਹ ਬਿਲਕੁਲ ਫਰੈਸ਼ ਜਿਹੜੇ ਨੇ ਤੁਹਾਨੂੰ ਬੰਦੇ ਸਾਰੇ ਦਿਖਣਗੇ ਖਾਸ ਤੌਰ ਤੇ ਭਗਵੰਤ ਮਾਨ ਜੀ ਤੋਂ ਲੈ ਕੇ ਥੱਲੇ ਐਮ ਐਲ ਏ ਸਹਿਬਾਨ ਤੱਕ ਸੋ ਇਸ ਕਰਕੇ ਲਾਜ਼ਮੀ ਹੁੰਦਾ ਹੈ ਇਹ ਕਿ ਜੇਕਰ ਅਸੀਂ ਕੋਈ ਸੱਤਾ ਨੂੰ ਪ੍ਰੋਪਰ ਤਰੀਕੇ ਨਾਲ ਚਲਾਉਣਾ ਹੈ ਤਾਂ ਉਹਦੇ ਲਈ ਇਮਾਨਦਾਰੀ ਦੀ ਬਹੁਤ ਲੋੜ ਹੁੰਦੀ ਹੈ ਨੇਕ ਨੀਤੀ ਦੀ ਬਹੁਤ ਲੋੜ ਹੁੰਦੀ ਹੈ ਔਰ ਤੁਹਾਡੇ ਕੋਲ ਨੀਤੀਆਂ ਕੀ ਨੇ ਉਹਦੀਆਂ ਜਿਹੜੀਆਂ ਸਾਫ਼ ਸੁਥਰੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਨੇ ਲੋਕਾਂ ਦੇ ਪੱਖ ਦੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਨੇ ਜੇਕਰ ਉਹ ਸਾਰਾ ਕੁਝ ਹੈਗਾ ਫਿਰ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਸੋ ਉਮੀਦ ਇਹੀ ਕਰਨੀ ਬਣਦੀ ਹੈ ਨੀਤ ਔਰ ਨੀਤੀ ਜੇਕਰ ਸਰਕਾਰ ਦੀ ਸਾਫ਼ ਰਹੇਗੀ ਭਗਤਮਾਨ ਹੋਰਾਂ ਦੀ ਨੀਤ ਔਰ ਨੀਤੀ ਸਾਫ਼ ਰਹੇਗੀ ਤਾਂ ਲਾਜ਼ਮੀ ਤੌਰ ਤੇ 6 ਮਹੀਨੇ ਤੋਂ ਪਹਿਲਾਂ ਹੀ ਜਿਹੜਾ ਹੈਗਾ ਕੰਮ ਹੋ ਜਾਏਗਾ ਔਰ ਪੰਜਾਬ ਦੇ ਲੋਕ ਜਿਹੜੇ ਨੇ ਲਗਾਤਾਰ ਉਸ ਚੀਜ਼ ਨੂੰ ਦੇਖਦੇ ਵੀ ਨਜ਼ਰ ਆ ਰਹੇ ਆ ਆਪਾਂ ਪਿਛਲੇ ਬਿਆਨਾਂ ਦੇ ਵਿੱਚ 25 ਦਿਨ ਦਾ ਤੁਸੀਂ ਆਪਾਂ ਦੇਖ ਲਓ ਸਾਰਾ ਕੱਢ ਕੇ ਉਹਦੇ ਵਿੱਚ ਲਗਾਤਾਰ ਬਿਆਨਬਾਜ਼ੀ ਜਿਹੜੀ ਹੋ ਰਹੀ ਹੈ ਉਹ ਇਹ ਹੀ ਦਰਸਾਉਂਦੀ ਹੈ ਕਿ ਭਗਵੰਤ ਮਾਨ ਔਰ ਉਹਨਾਂ ਦੀ ਸਰਕਾਰ ਜਾਂ ਉਹਨਾਂ ਦੇ ਮੰਤਰੀ ਸਹਿਬਾਨ ਜਾਂ ਉਹਨਾਂ ਦੇ ਐਮਐਲਏ ਸਹਿਬਾਨ ਕਾਫੀ ਜਿਹੜਾ ਹੈਗਾ ਚੰਗੀ ਤਰ੍ਹਾਂ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਮੁੱਦੇ ਡਿਸਕਸ ਕਰ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਔਰ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇਹ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਜ਼ਰੂਰ ਜਿਵੇਂ ਤੁਸੀਂ ਦੱਸਿਆ ਹੈ ਮਾਨ ਸਾਹਿਬ ਨੇ ਕਿਹਾ ਹੈ ਕਿ 6 ਮਹੀਨੇ ਦਾ ਸਮਾਂ ਜ਼ਰੂਰ ਲੱਗੂਗਾ ਪਰ ਜਿਹੜੇ ਕੰਮ ਹੋ ਰਹੇ ਨੇ ਉਹ ਚੰਗੇ ਕੰਮ ਹੋ ਰਹੇ ਨੇ ਔਰ ਚੰਗੀ ਸ਼ੁਰੂਆਤ ਕਹਿ ਸਕਦੇ ਹਾਂ ਹੋ ਰਹੀ ਹੈ ਇਸ ਪਾਰਟੀ ਦੀ ਔਰ ਇਸ ਸਰਕਾਰ ਦੀ ਡਾਕਟਰ ਸਾਹਿਬ ਲੋਕਾਂ ਦੀ ਛੋਟੇ ਛੋਟੇ ਸਮੱਸਿਆਵਾਂ ਹੁੰਦੀਆਂ ਨੇ ਜਿਵੇਂ ਬਿਜਲੀ ਕੱਟਣ ਨੂੰ ਲੈ ਕੇ ਹੁਣ ਲੋਕ ਪਰੇਸ਼ਾਨ ਨੇ ਉਹ ਇਸ ਗੱਲ ਤੋਂ ਵੀ ਦੁਖੀ ਨੇ ਕਿ ਬਿਜਲੀ ਕੱਟ ਜਾਂਦੇ ਨੇ ਅਖਰ ਲੰਮੇ ਕਿਉਂ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਹੁਣ ਪੁਰਾਣੀਆਂ ਸਰਕਾਰਾਂ ਹੁਣ ਤੱਕ ਆਪਾਂ ਸਾਰੇ ਜਾਣਦੇ ਹਾਂ ਕਿ ਬਿਜਲੀ ਜਿਹੜੀ ਹੈਗੀ ਉਹ ਸਾਰੀ ਪ੍ਰਾਈਵੇਟ ਹੱਥਾਂ ਦੇ ਦੇ ਵਿੱਚ ਦਿੱਤੀ ਗਈ ਹੈ ਔਰ ਕਿਸੇ ਵੇਲੇ ਕਾਂਗਰਸ ਸਰਕਾਰ ਤਾਂ ਇਹ ਕਹਿੰਦੀ ਸੀਗੀ ਕਿ ਅਸੀਂ ਜਿਹੜੇ ਬਿਜਲੀ ਸਮਝੌਤੇ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਨੇ ਉਹਨਾਂ ਨੂੰ ਦੁਬਾਰਾ ਸਮਝਾਂਗੇ ਉਹਨਾਂ ਉਹਨਾਂ ਨੂੰ ਰੱਦ ਵੀ ਕਰਾਂਗੇ ਪਰ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਰੱਦ ਨਹੀਂ ਹੋ ਸਕੇ ਸੋ ਇਸ ਕਰਕੇ ਜਿਹੜੀਆਂ ਪ੍ਰਾਣੀਆਂ ਜਿਹ ਜੋ ਘਾਟਾਂ ਨੇ ਕਮੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸਮਾ ਜ਼ਰੂਰ ਚਾਹੀਦਾ ਹੈ ਮੈਂ ਫੇਰ ਕਹਾਂਗਾ ਕਿ ਚਾਹੇ ਉਹ ਬਿਜਲੀ ਦੀ ਗੱਲ ਹੋਵੇ ਚਾਹੇ ਉਹ ਸਕੂਲਾਂ ਦੀ ਪ੍ਰੋਬਲਮ ਹੋਵੇ ਚਾਹੇ ਹੈਲਥ ਦੀ ਪ੍ਰੋਬਲਮ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਰੈਗੂਲਾਈਜ਼ ਕਰਨ ਦੇ ਲਈ ਉਹਨਾਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਚਲਾਉਣ ਦੇ ਲਈ ਸਮਾ ਜਿਹੜਾ ਹੈਗਾ ਬਹੁਤ ਉਹਦੀ ਲੋੜ ਹੈ ਔਰ ਸਮੇਂ ਦੇ ਮੁਤਾਬਕ ਜਿਹੜਾ ਹੈਗਾ ਹੌਲੀ-ਹੌਲੀ ਇਹ ਸਾਰੀਆਂ ਚੀਜ਼ਾਂ ਹੱਲ ਹੁੰਦੀਆਂ ਤੁਹਾਨੂੰ ਨਜ਼ਰ ਆ ਸਕਦੀਆਂ ਨੇ ਪੰਗੂ ਸਾਹਿਬ ਪੰਜਾਬ ਦੇ ਵਿੱਚ ਵਿਰੋਧ ਧਿਰ ਦਾ ਰੋਲ ਕਾਂਗਰਸ ਬਿਲਕੁਲ ਦੇਖੋ ਫਿਲਹਾਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਐਸ ਇੱਕ ਸੰਵਿਧਾਨਕ ਤੌਰ ਤੇ ਦੇਖੀਏ ਤਾਂ ਕਾਂਗਰਸ ਜਿਹੜੀ ਹੈਗੀ ਆ ਉਹ ਵੱਡਾ ਰੋਲ ਅਦਾ ਕਰ ਸਕਦੀ ਹੈ ਪਰ ਕਾਂਗਰਸ ਜਿਵੇਂ ਤੁਸੀਂ ਜਾਣ ਸਾਰੇ ਜਾਣਦੇ ਹੋ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਸੀਗਾ ਔਰ ਨਵਜੋਤ ਸਿੰਘ ਸਿੱਧੂ ਆਪਾਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਉਹ ਹੁਣ ਪਿੱਛੇ ਹਟਦੇ ਵੀ ਨਜ਼ਰ ਆ ਰਹੇ ਨੇ ਤੁਸੀਂ ਵੀ ਕਿਹਾ ਔਰ ਕਾਂਗਰਸ ਦੇ ਵਿੱਚ ਵੱਖ-ਵੱਖ ਜਿਹੜੇ ਗਰੁੱਪ ਨੇ ਜਿਹਦੇ ਵਿੱਚ ਚੰਨੀ ਸਾਹਬ ਦਾ ਗਰੁੱਪ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਗਰੁੱਪ ਹੈ ਜਿਹਦੇ ਵਿੱਚ ਰਾਜਾ ਵੜਿੰਗ ਹੋਰਾਂ ਦਾ ਆਪਣਾ ਗਰੁੱਪ ਹੈ ਰਵਨੀਤ ਬਿੱਟੂ ਹੋਰਾਂ ਦਾ ਵੱਖਰਾ ਗਰੁੱਪ ਹੈ ਸੋ ਜਿੰਨੀ ਇਹ ਗਰੁੱਪੀਜ਼ਮ ਵੱਧ ਰਿਹਾ ਹੈ ਤਿਉ ਤਿਉ ਆਪਾਂ ਇਹ ਦੇਖ ਰਹੇ ਆ ਕਿ ਕਾਂਗਰਸ ਦੇ ਲਈ ਕਾਫੀ ਜੜੀ ਹੈਗੀ ਦਿੱਕਤ ਖੜੀ ਹੋ ਸਕਦੀ ਹੈ ਔਰ 24 ਦੀਆਂ ਚੋਣਾਂ ਤੱਕ ਜੇ ਇਹਹੀ ਹਾਲ ਰਿਹਾ ਤਾਂ ਕਾਂਗਰਸ ਨੂੰ ਇੱਕ ਬਹੁਤ ਵੱਡਾ ਘਾਟਾ ਤੁਹਾਨੂੰ ਉਹ ਮਿਲਦਾ ਨਜ਼ਰ ਆਏਗਾ ਪੰਗੂ ਸਾਹਿਬ ਜੀ ਡਾਕਟਰ ਸਾਹਿਬਾ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਦੇ ਲਈ ਧੰਨਵਾਦ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਪੀਮਿੰਦਰ ਸਿੰਘ ਡਾਕਟਰ ਸਾਹਿਬ ਨਾਲ ਪ੍ਰਮੁੱਖ ਖਬਰਾਂ ਦੇ ਵਿਚਾਰ ਚਰਚਾ ਕੀਤੀ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਅਲੋਕਰਾਨਾ ਚੈਨਲ ਪੰਜਾਬੀ ਤੇ ਧੰਨਵਾਦ